ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਨੇ? ਹੋਰ ਸਾਰੇ ਠੀਕ ਹੋ? ਅਤੇ ਸਵਾਗਤ ਆ ਤੁਹਾਡਾ ਫਿਰ ਅੱਜ ਦੇ ਵਲੋਗ ਦੇ ਵਿੱਚ। ਆਖਣਾ ਆਪਣਾ ਕੀ ਬਤਾਇਆ ਅਤੇ ਆਪਣੇ ਪੇਪਰ ਨਿਬੜ ਗਏ, ਹੁਣ ਆਪਾਂ ਵਲੋਗ ਪਾਇਆ ਕਰਾਂਗੇ। ਅਤੇ ਆਪਣਾ ਆਖਣਾ ਸੱਠ ਜਿਹੜਾ ਕਿ ਆਪਾਂ ਹੁਣੇ ਹੁਣੇ ਆਉਂਦਾ, ਠੀਕ ਆ। ਅਤੇ ਮਿਊਜ਼ਿਕ ਸਿਸਟਮ ਅੱਜ ਤੁਹਾਨੂੰ ਦਿਖਾਵਾਂਗੇ ਇਹਦਾ। ਹਾਂ, ਲਵਾ ਲਿਆ ਆਪਾਂ, ਫਿੱਟ ਐਨ ਕਰਾਤਾ ਜੂ ਲਵਾ ਤੀ। ਅਤੇ ਕੀ ਹਾਲ ਹੈ ਤੇਰੇ ਤਾਇਆ? ਦੱਸ, ਆਇਆ ਬਾਈ ਸੰਗਦਾ ਹੈ? ਅਤੇ ਤੁਹਾਨੂੰ ਦਿਖਾਉਂਦੇ ਆ ਫਿਰ ਹੁਣ ਟਰੈਕਟਰ ਆਪਾਂ, ਨਾਲ ਸਟਾਰ ਸਪੀਡ ਕਰਕੇ ਦਿਖਾਉਂਦੇ ਹਾਂ। ਅਤੇ ਦੇਖੋ ਫਿਰ ਮਿੱਤਰੋ, ਮਤਲਬ ਤਾਇਆ ਤਾ ਖੜ ਗਿਆ। ਕੀ ਹਾਲ ਹੈ ਤਾਇਆ, ਦੱਸ ਦੇ ਤੂੰ? ਤੇ ਕਹਿ ਠੀਕ ਆ, ਦੱਸ ਦੇ, ਬਾਹਰ ਜਾਊ ਸਾਰਿਆਂ ਨੂੰ ਵੀਡੀਓ ਲੈ। ਬਈ ਤਾਇਆ ਤਾਂ ਵਾਲਾ ਸੰਗਦਾ, ਤੇ ਹੁਣ ਆਪਾਂ ਨੂੰ ਟਰੈਕਟਰ ਸਟਾਰਟ ਕਰਦੇ ਆ। ਤੇ ਮੈਂ ਬਾਹਰ ਕੱਢ ਲਿਆ ਸੀ, ਮਹਾਂ ਚਲੋ ਵਲੋਗ ਬਣਾ ਲੈਂਦੇ ਹਾਂ, ਅੱਜ ਵਿਹਲੇ ਸੀਗੇ ਤੇ ਹੁਣ ਹੋ ਗਈਆਂ ਛੁੱਟੀਆਂ, ਤੇ ਹੁਣ ਵਲੋਗ ਆਇਆ ਕਰਨਗੇ। ਤੇ ਹੁਣ ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਆ ਟਰੈਕਟਰ ਆਪਾਂ। ਫਰਾਟਾ ਸੁਣੋ ਬਾਈ, ਸੱਠ ਦਾ ਵੀ ਮਿੱਤਰੋ। ਫਿਰ ਆਪਾਂ ਹੁਣ ਸੋਚੀ ਕਰ ਲਈ ਆ ਉਹਨਾਂ, ਤੇ ਤੁਹਾਨੂੰ ਮਿਊਜ਼ਿਕ ਸਿਸਟਮ ਦਿਖਾ ਦਈਏ। ਇਹ ਨੂਰ ਤੋਂ ਲਵਾਇਆ ਬਾਈ ਆਪਾਂ ਮਿਊਜ਼ਿਕ ਸਿਸਟਮ, ਮਲੇਰਕੋਟਲਾ ਇੱਕ ਸਾਬੂ ਫਰਾ, ਕਿਉਂਕਿ ਆਪਾਂ ਨੂੰ ਜ਼ਿਆਦਾ ਮੋਡੀਫਿਕੇਸ਼ਨ ਜੀ ਆਪਾਂ ਕਰਨੀ ਨਹੀਂ। ਹਾਂ, ਕੰਮ ਕਾਰ ਨੂੰ ਰੱਖਣਾ ਹੈਗਾ, ਅਤੇ ਆਪਾਂ ਹੁਣ ਕਰਦੇ ਹਾਂ ਮਿਊਜ਼ਿਕ ਸਿਸਟਮ। ਇਹਨੂੰ ਮੈਂ ਪਾਏ ਪਤਾ ਕੀ ਕਰਾਉਣਾ, ਆਹ ਮੈਂ ਜਾਲੀ ਜੀ ਲਿਆ ਕੇ ਰੱਖੀ ਸੀਗੀ, ਆਹ ਜਾਲੀ ਜੀ ਫਿੱਟ ਕਰਾਵਾਂਗੇ ਇਹਦੇ। ਔਰ ਯਾਰ ਨਾਟ ਜੇ ਇਹਦੇ 'ਚ ਪਹਿਲਾਂ ਗਲੀਆਂ ਕਢਾ ਲਈਏ, ਕਿਉਂਕਿ ਆਹ ਰਾਵੜ ਜੀ ਹੈਗੀ, ਨਿਸ਼ਾਨੀ ਮੈਂ ਲਾ ਲਈਆਂ ਸੀ। ਅਤੇ ਹੁਣ ਆਪਾਂ ਮਿਸਤਰੀ ਦੇ ਚੱਲਦੇ ਹਾਂ ਅਤੇ ਗਲੀਆਂ ਕਢਾ ਕੇ ਲੈ ਕੇ ਆਉਂਦੇ ਹਾਂ। ਪੱਤੀ ਜੀ ਖਾਸੀ ਮੋਟੀ ਆ, ਨਹੀਂ ਤਾਂ ਆਪਾਂ ਘੜੀ ਕਰ ਦਿੰਦੇ ਗਲੀਆਂ। ਚਲੋ ਫਿਰ ਚੱਲਦੇ ਹਾਂ ਮਿੱਤਰੋ, ਦੇਖੋ ਮੇਰਾ ਆਵਾਜ਼। ਚਲੋ ਫਿਰ ਮਿੱਤਰੋ, ਮਿਸਤਰੀ ਦੇ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ। ਮਿੱਤਰੋ ਟਰੈਕਟਰ ਲੈ ਕੇ ਮੈਂ ਖੜਾ ਤਾ, ਅੰਦਰ ਕਰ ਰਿਹਾ ਵੈਲਡਿੰਗ। ਮੈਂ ਬਾਹਲਾ ਚਾਕਦੇ ਨਹੀਂ, ਇਹਨਾਂ ਦੀਆਂ ਅੱਖਾਂ ਜਿਹੀਆਂ ਸੁੱਜੀਆਂ ਦੀਆਂ ਨੇ, ਇਹਾਂ ਸੁੱਜ ਗਈਆਂ ਦੀ ਗੇਰਾਂ, ਬਹੁਤ ਔਖੀਆਂ ਲੋਟ ਆਈਆਂ ਸੀਗੀਆਂ। ਅਤੇ ਆਹ ਦੀ ਬਾਈ ਜਾਲੀ, ਇਹ 'ਚ ਹੁਣ ਨਿਸ਼ਾਨੀਆਂ ਲਾਈਆਂ ਹੋਈਆਂ ਮੇਰੀਆਂ, ਅਤੇ ਕਢਵਾਉਣਾ ਅੰਕਲ ਤੋਂ ਗਲੀਆਂ, ਗਲੀਆਂ ਕਢਵਾ ਕੇ ਅਤੇ ਫਿੱਟ ਕਰਦੇ ਹਾਂ ਫਿਰ। ਅਤੇ ਝੋਟੇ ਨੂੰ ਫਿਰ ਹੁਣ ਤਿਆਰ ਕਰਦੇ ਹਾਂ। ਹਾਂ, ਸੋਹਣਾ ਜਿਹਾ ਲੱਗਣ ਲੱਗ ਜੂ ਯਾਰ, ਉਪਰ ਮੇਰਾ ਵਧੀਆ ਲਿਆਂਦਾ ਹੋਇਆ, ਇਹ ਮੇਰੇ ਜੈਨ ਗੱਡੀ 'ਤੇ ਲੱਗਿਆ ਹੋਇਆ ਸੀ, ਅਤੇ ਆਪਾਂ ਖੋਲ੍ਹ ਕੇ ਲਾ ਗਿਆ ਸੀ। ਚਲੋ ਹੁਣ ਇਹ ਇਹਨੂੰ ਲਵਾਉਂਦੇ ਹਾਂ ਫਿਰ। ਮਿੱਤਰ ਨੂੰ ਆਪਣਾ ਕਰੇ ਹੋਏ ਦੇਸੀ ਜਗਾਣ, ਨਾਟ ਜੇ ਖੁੱਲ੍ਹੇ ਨਹੀਂ ਹੈਗੇ, ਅਤੇ ਹੁਣ ਆਪਾਂ ਅੰਕਲ ਫਿਰ ਦੋ ਗਲੀਆਂ ਕਢਾ ਲੈਂਦੇ ਹਾਂ, ਉਹ ਅੰਕਲ ਜਾਂਦਾ ਹੋਇਆ। ਦੋ ਗਲੀਆਂ ਕਢਾ ਕੇ ਆਪਾਂ ਇੱਥੇ ਸਿੱਧਾ ਲਾ ਦਾਂਗੇ, ਕਿਉਂਕਿ ਇੰਨੇ ਕੁ ਚਿਰ ਖੜ ਜੂਗਾ ਫਿਰ ਪੂਰੀ, ਆਪਾਂ ਕਾਹਨੂੰ ਐਵੇਂ ਆ, ਫਿਰ ਸਾਰੇ ਖੋਲ੍ਹਦੇ ਫਿਰਾਂਗੇ, ਦੋ ਨਾਟ ਇੱਥੇ ਲਾ ਦਾਂਗੇ ਸਿੱਧੇ, ਆਪਣਾ ਕੰਮ ਚੱਲਦਾ ਜਾਂ ਹੋਜੂ। ਬਾਕੀ ਜਿੱਦ ਦਿਨ ਵਿਹਲੇ ਹੋਵਾਂਗੇ ਫਿਰ ਉੱਦਣ ਸਾਰੇ ਨਾਟ ਖੋਲ੍ਹ ਕੇ ਵਧੀਆ ਤਰੀਕੇ ਨਾਲ ਕਸੀ ਜਾਊਗੀ। ਚੱਲ ਇਹਨੇ ਕਿਹੜਾ, ਕਿਉਂਕਿ ਜਾਲੀ ਹਲਕੀ ਜਿਹੀ ਆ, ਇਹਦੇ ਨਾਲੇ ਖੜ ਜਾਣਾ ਇਹਨੇ। ਅਤੇ ਬਸ ਫਿਰ ਹੁਣ ਆਪਾਂ ਚੱਲਦੇ ਹਾਂ, ਅਤੇ ਪਹਿਲਾਂ ਗਲੀਆਂ ਜਿਹੀਆਂ ਕਢਵਾ ਲਈਏ, ਫਿਰ ਆਪਾਂ ਕਰਦੇ ਹਾਂ ਪੇਜ 'ਚ ਕਰ ਸਕਦੇ ਹਾਂ ਇਹਦੇ 'ਚ। ਤੋ ਯਾ ਬਾਲ ਅੰਕਲ ਦਾ ਮੁੰਡਾ, ਕੀ ਹਾਲ ਨੇ ਬਾਈ ਜੋਬਰਾ? ਹਾਂ ਹਾਂ, ਮੂਵੀ ਦੀ ਐਨ ਬਣਾ ਪਰ ਮੈਂ ਨਾਟ ਜਿਹਾ ਲੈ ਜਾਂਦੇ, ਮੈਂ ਅਤੇ 10 ਨੰਬਰ ਦੀਆਂ ਬੱਸ ਲਾਈਆਂ ਲਿਆਉਂਦਾ ਕਿ ਕੱਸਦੇ ਹਾਂ ਹੁਣ ਆਪਾਂ ਜਾ ਕੇ। ਤਰ ਆਪਣੇ ਨਵੇਂ ਮੈਂਬਰ ਨੂੰ ਮਿਲ ਲਓ, ਇਹ ਲਿਆਂਦਾ ਐਰੋ ਦਾ ਬੱਚਾ ਇਹ। ਹਾਂ ਦੇਖ ਲਓ ਮਿੱਤਰੋ, ਖੇਡਦਾ ਮਹੀਨੇ ਕਦੇ ਹੀ ਹਾਲੇ ਦਾ ਵਿਚਾਰਾ ਰਿਹਾ ਬਈ। ਮਿੱਤਰੋ ਆਪਾਂ ਖੇਡਲੇ ਘਰੇ, ਅਤੇ ਹੁਣ ਕੱਸਦੇ ਨਾਟ ਬਰੋ, ਇਹਦੇ ਕਾਹਤੇ ਆਉਣ ਨਾਟ। ਮੈਨੂੰ ਸਾਊਂਡ ਇਹਦੀ ਬਾਈ ਘੈਂਟ ਲੱਗੀ, ਦੱਸਿਓ ਬਾਈ ਸਾਊਂਡ ਬਹੁਤ ਘੈਂਟ ਇਹਦੀ, ਫਰਾਟਾ ਬਹੁਤ ਵਧੀਆ ਹੈਗਾ। ਹਾਂ, ਅਤੇ ਹੁਣ ਤਾਂ ਸਲਾਂਸਰ ਵੀ ਸਿੰਪਲ ਜਿਹਾ ਲੱਗਿਆ ਹੋਇਆ, ਆਪਾਂ ਸੀ ਐਨ ਐਚ ਵਾਲਾ ਸਲਾਂਸਰ ਲਾਵਾਂਗੇ ਨਿਊਜ਼ੀਲੈਂਡ ਵਾਲਾ, ਅਤੇ ਫਿਰ ਤੁਹਾਨੂੰ ਆਵਾਜ਼ ਸੁਣਾਵਾਂਗੇ ਵੀ ਕਿਵੇਂ ਦੀ ਆਵਾਜ਼ ਬਣਦੀ ਆ। ਅਤੇ ਚਲੋ ਫਿਰ ਆਪਾਂ ਪਹਿਲਾਂ ਜਾਲੀ ਕੱਸ ਲਈਏ। ਮਿੱਤਰੋ ਆਪਾਂ ਤਾਂ ਕੱਸਤਾ, ਅਤੇ ਬੂਫਰ ਦੀ ਲੁੱਕ ਵੀ ਸੋਹਣੀ ਲੱਗਣ ਲੱਗ ਗਈ ਹੈ ਨਾ, ਅਤੇ ਪਹਿਲਾਂ ਨਾਲ ਕਾਫੀ ਫਰਕ ਪੈ ਗਿਆ, ਅਤੇ ਐਨ ਪੂਰੀ ਵਧੀਆ ਆਪਾਂ ਕੱਸਤੇ ਹੀ। ਅਤੇ ਨਾਲੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ, ਆਪਾਂ ਬੋਤਲ ਜੇ ਵਾਲਾ ਕੱਲ੍ਹ ਪਰਸੋਂ ਲੈ ਕੇ ਆਇਆ ਸੀ, ਮੈਂ ਆਪਣੀ ਮੋਟਰ ਖਰਾਬ ਹੋ ਗਈ ਮਿੱਤਰੋ, ਅਤੇ ਆਹ ਬੋਤਲ ਲੈ ਵਾਲਾ ਲਿਆ ਕੇ ਫਿਰ ਮੈਂ ਗਲੀਆਂ ਕਢਾਉਣੀਆਂ ਪੈ ਗਈਆਂ ਆਪਾਂ ਨੂੰ, ਅਤੇ ਇਹ ਵੀ ਕੱਸਤਾ ਆਪਾਂ। ਅਤੇ ਆਪਣਾ ਹੁਣ ਜਾਣੀ ਦੀ ਐਨ ਕੰਮ ਨੂੰ ਵਧੀਆ ਹੋ ਗਿਆ ਟਰੈਕਟਰ। ਅਤੇ ਹੋਰ ਇੱਕ ਆਹ ਮਾੜੀ ਆ ਜੂ ਆਪਾਂ ਮਣਕੂ ਵਾਲੇ ਨੇ ਲਿਆਂਦੀ ਸੀਗੀ, ਹਾਂ, ਅਤੇ ਆਹ ਨੂਰ ਤੋਂ ਲਿਆਂਦਾ ਸੀ ਆਪਾਂ, ਆਹ ਵੀ ਆਪਾਂ ਨਵਾਂ ਲਿਆ ਕੇ ਪਾਤਾ ਸੀਗਾ, ਅਤੇ ਇਹ ਟੁੱਟ ਗਿਆ ਯਾਰ ਉੱਦਣ ਆਪਣੀ ਮੋਟਰ। ਆਹ ਦੇਖੋ ਮਿੱਤਰ, ਆਹ ਇਸ ਤਰ੍ਹਾਂ ਟਰੈਕਟਰ ਖੜ੍ਹੇ ਨੇ, ਇੱਕ ਆ ਸੱਠ ਖੜ੍ਹਾ, ਇੱਕ ਆ ਸਵਰਾਜ ਖੜ੍ਹਾ, ਪਰ ਇਸ ਤਰ੍ਹਾਂ ਆਹ ਆਪਣਾ ਇਸ ਤਰ੍ਹਾਂ ਦਾ ਮੁੰਡਾ। ਕੀ ਹਾਲ ਹੈ ਬਾਈ ਜੋਬਰਾ, ਬੋਲ ਕੀ ਹਾਲ ਹੈ ਤੇਰੇ, ਕਹਿ ਵਾ? ਬਹੁਤ ਫਰਕ ਦਾ ਬਈਆ, ਦੋ ਸਾਬੂ ਫਰੇ ਲੱਗੇ ਨੇ, ਬਹੁਤ ਫਰਕ ਦਾ ਹੈਗਾ, ਆਵਾਜ਼ ਬਹੁਤ ਆ ਮਿੱਤਰ ਮੇਰੀ। ਬਾਅਦ ਸੁਣਾਉਂਦੇ ਹਾਂ ਤੁਹਾਨੂੰ, ਖੜ੍ਹ ਜਾਓ ਇੱਕ ਮਿੰਟ। ਉਹ ਤਾਂ ਡੰਗਰਾਂ ਦੀਆਂ ਮੂਵੀਆਂ ਵਿੱਚ ਕਿਹਾ ਲੈ ਕੇ ਜਾਊਗਾ।
ਓਏ ਪਿੱਛੇ ਨਾ ਜਗਾੜ ਮੰਟ ਕਰਿਆ ਹੋਇਆ ਮੱਝਾਂ ਡੰਗਰਾਂ ਵਾਲਾ ਬੈੜੀਆਂ ਵਾਲਾ ਆ ਜਾ ਓਏ ਚੋਬਰਾ ਆ ਜਾ ਰਹਾ ਯਾਰ ਹੈ ਜਾ ਰਹਾ ਹੈ ਦੇਖੋ ਮਿੱਤਰ ਆ ਪਹਾਰੇ ਲਾਏ ਹੋਏ ਨੇ ਅੱਛਾ ਦੇਖੋ ਬਾਈ ਖੁੱਲੀਆਂ ਨੇ ਬਾਈ ਜਮਾਂ ਹੀ ਲੜਦੀਆਂ ਦੇਖ ਲਓ ਖੁੱਲੀਆਂ ਫਿਰਦੀਆਂ ਨੇ ਹੈਂ ਇਹ ਦੱਸੂ ਬਾਈ ਚੋਪਰ ਕਿਹੜੀ ਆਹ ਹੈ ਇਹ ਬੱਚੀਆਂ ਨੇ ਹੈਂ ਆਹ ਦੇਖੋ ਬਾਈ ਉਹਨਾਂ ਨੂੰ ਘੁੰਮਣ ਨੂੰ ਉੱਧਰ ਥਾਂ ਬਣਾਇਆ ਹੋਇਆ ਆਹ ਦੇਖ ਆਹ ਕੀ ਉੱਧਰ ਘੁੰਮਣ ਨੂੰ ਘੁੰਮਣਾ ਹੋਇਆ ਇਹਨਾਂ ਨੂੰ हाँ भी इधर चलिए देखो मित्रों पफारे चलते ने भाई पफारे देखो पखी पखे लगे पे मित्रों इन्हों फुल ठंड पी है इतने इन्नी कह दो इधर भी दिखाइए सानू अच्छा आया और आया लो मित्रो थानू दिखाइए पूरी टॉप दियां ने दो मज्जा देख आ केड़ी नाहल दियां ने फिर दस माड़े जे मेनू केड़ी नाहल दियां ने ये दोहे अच्छा सून आलियां ने है चल हूँ भाई मित्र दूजिया देख के आने मुंडा दसूगा अपन चल भी मित्र दस हाँ अच्छा इधर भी रखे हुए ने है मित्र इधर भी पफारे चलते ने देखो हाँ 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 दस दारा कुछ हाँ 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 ठंडे बहुत आना इतने फिर हाँ चोबर बीमार हो गया जी मित्रो थोड़े के दिन पहला ਟੱਲਾ ਹੋ ਗਿਆ ਦੀ ਓਏ ਕੀ ਹੋ ਗਿਆ ਦੀਗਾ ਐ ਨਹੀਂ ਤੈਨੂੰ ਪਤਾ ਹੈ ਦੇਖੋ ਮਤਰੋ ਜਗਾੜ ਮੰਟ ਕਿੰਨਾ ਘੈਂਟ ਲਾਇਆ ਹੋਇਆ ਖੁੱਲੀਆਂ ਫਿਰਦੀਆਂ ਨੇ ਮਤਰੋ ਜਮਾਂ ਹੀ ਲੜਦੀਆਂ ਦੇਖੋ ਇਹਦਾ ਕਿੰਨਾ ਮੂੰਹ ਕਰਦੀ ਆ ਲੱਗੀ ਲਵੇ ਇਹਨੂੰ ਉਹਦੇ ਦੇਖੀ ਲੱਗ ਕੇ ਲਵੇ ਹਾਂ ਦੇਖੋ ਡਰਦਾ ਨਹੀਂ ਚੋਪਰ ਤਕੜਾ ਹੈ ਬਾਈ ਆ ਜਾ ਦੂਜੀਆਂ ਦਿਖਾ ਕੇ ਲੈ ਕੇ ਆਈਏ ਇੱਧਰਲੀਆਂ ਆ ਜਾ ਇੱਧਰਲੀਆਂ ਦਿਖਾ ਕੇ ਲੈ ਕੇ ਆਉਣਾ ਮਤਰੋ ਆਹ ਦੇਖੋ ਸਾਰਾ ਜਗਾੜ ਮੰਟ ਕਰਿਆ ਉਹ ਖੜੀ ਆ ਟਰਾਲੀ ਆ ਜਾ ਇੱਧਰ ਦੂਈਆਂ ਦਿਖਾ ਕੇ ਲੈ ਕੇ ਮਿੱਤਰੋ ਆ ਨਾਲੇ ਇੱਧਰ ਵੀ ਰੱਖੀਆਂ ਹੋਈਆਂ ਨੇ ਦੇਖੋ ਮਿੱਤਰੋ ਇੱਧਰ ਵੀ ਫਵਾਰੇ ਲਾਏ ਪਏ ਨੇ ਹੈ ਚੋਬਰ ਦਾਵਦੇ ਨਹੀਂ ਦੇਖੋ ਮਿੱਤਰੋ ਨਸਲ ਦੇਖੋ ਬਾਈ ਕਿੰਨੀ ਘੈਂਟ ਆ ਗਈ ਪੂਰੀਆਂ ਚੋਟੀ ਦੀਆਂ ਨੇ ਮਿੱਤਰੋ ਫਿਰ ਤੂੰ ਕੰਮ ਕਰਾਉਣਾ ਉਹਨਾਂ ਨਾਲ ਮੈਨੂੰ ਐਂ ਦੱਸ ਕੀ ਕਰਦਾ ਹੁੰਦਾ ਤੂੰ ਮਸ਼ੀਨ ਲਾ ਦੇਣਾ ਕਿਹੜੀ ਮਸ਼ੀਨ ਆ ਦੰਗ ਲਾ ਦੇ ਹਾਂ 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 ਦੁੱਧ ਚੋਣ ਵਾਲੀ ਮਸ਼ੀਨ ਲਾ ਦੇਣਾ ਹੈ ਤੂੰ देखो मित्रो आलूती रखा हो ਦੇਖੋ ਮਿੱਤਰੋ ਕੱਡਾ ਭਾਂਡਾ ਲਾਇਆ ਹੋਇਆ ਲੇਟੀ ਲਈ ਫਿਰ ਟੋਕਾ ਇੱਥੇ ਕਰ ਦਿੰਦੇ ਹੋਏ ਨਾਲ ਹੁੰਦੀ ਕੌਣ ਬੰਦਾ ਰੱਖਿਆ ਹੋਇਆ ਆਪਣਾ ਕਿਹੜੀ ਮਸ਼ੀਨ ਨਾਲ ਕਿਹੜੀ ਹਾਂ ਰੈਪਰ ਰੱਖਿਆ ਹੋਇਆ ਹੈ ਗਰਮ ਹੋਊ ਕਿ ਠੰਡਾ ਇਹ ਵੀਰੇ ਚੋਬਰ ਤਕੜਾ ਹੈ ਪੂਰਾ ਤੇਰੀ ਕੜੀ ਗਿੱਲੀ ਹੋ ਜੂ ਫਿਰ ਖਰਾਬ ਹੋ ਜੂਗੀ ਕੜੀ ਤੇਰੀ ਖਰਾਬ ਹੋ ਜੂ ਦੇਖ ਵੀ ਲੈ ਚਲਾ ਕੇ ਮਿੱਤਰੋ ਇਧਰੋਂ ਆ ਦਿਖਾਉਣ ਲੈ ਕੇ ਆ ਗਿਆ ਆਪਾਂ ਨੂੰ ਮਸ਼ੀਨ ਓਏ ਆ ਕਾਸ ਨੂੰ ਹੱਚ ਯਾਰ ਹੈ ਬਾਈ ਮੈਨੂੰ ਵੀ ਦੱਸ ਯਾਰ ਆ ਕਾਸ ਨੂੰ ਹੈ ਹੈ ਅੱਛਾ ਦੇਖ ਲਓ ਮਿੱਤਰੋ ਨੂੰ ਪਤਾ ਆ ਰਿਹਾ ਦੇਖੋ ਟਰੈਕਟਰ ਬਾਈ ਦੋਨੇ ਆਪਣੇ ਇਸ ਤਰ੍ਹਾਂ ਦੇ ਨੇ ਇਹਦੇ ਮਿੱਤਰੋ 13 ਦੇ ਟਾਇਰ ਨੇ ਇਹਦੇ 14 ਦੇ ਟਾਇਰ ਪਾਏ ਹੋਣੇ ਜੇ ਜਾਣੀ ਇਹਦੇ 14 ਦੇ ਟਾਇਰ ਪਾਏ ਜਾਣ ਬਾਹਲਾ ਸਿਰਾ ਹੋ ਜੂ ਕੰਮ ਹਾਂ ਇਹਦਾ ਡੈੱਕ ਦਾ ਬਾਹਲਾ ਹੀ ਖੜਕਦਾ ਮਿੱਤਰੋ ਬਾਹਲਾ ਖੜਕਦਾ ਇਹਦਾ ਡੈੱਕ ਇਹਦਾ ਹਾਲੇ ਘੱਟ ਆ ਹਾਂ ਜਾਣੀ ਇਹਦਾ ਬਹੁਤ ਖੜਕਦਾ
ਕਿਵੇਂ ਹਾਂ ਟਰੈਕਟਰ ਪੈਂਦਾ ਹੁਣ ਕੀ ਪੈਂਦਾ ਕੀ ਪੈਂਦਾ ਟਰੈਕਟਰ ਕੇ ਟਰੈਕਟਰ 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 ਪੈਂਦਾ ਠੀਕ ਆ ਠੀਕ ਆ ਅੱਛਾ ਵਿਸੇ ਟਰਾਲੀ ਪੈਂਦੀ ਹੈ ਪਹਿਲਾਂ ਮੈਨੂੰ ਆਇਆ ਟਰੈਕਟਰ ਪੈਂਦਾ ਕਿ ਟਰੈਕਟਰ ਪੈਂਦਾ ਟਰੈਕਟਰ ਟਰੈਕਟਰ ਕਹਿ ਟਰੈਕਟਰ ਹਾਂ ਵੈਰੀ ਗੁੱਡ ਚੋਬਰ ਤੇਰਾ ਲਾਉਣਾ ਮਿੱਤਰੋ ਅੱਛਾ ਚੋਬਰ ਵਾਲਾ ਵੈਦੀ ਆ ਮਿੱਤਰੋ ਇਹ ਆਪਦੇ ਉਹਨਾਂ ਦੇ ਜਿਹੜਾ ਰੱਖਿਆ ਹੋਇਆ ਹੋਰ ਕੰਮ ਕਰਦਾ ਹੈਗਾ ਪਾਣੀ ਪਾਇਆ ਆ ਉਹਦੇ ਪਾਣੀ ਕਿਉਂ ਪਾਇਆ ਤੂੰ ਤੂੰ ਪਹਿਲਾਂ ਇੱਧਰ ਦੱਸ ਜ਼ੋਰ ਲਾਈ ਜਾਂਦਾ ਸੱਟ ਨਾ ਖਾ ਲੀਆਂ ਜਾ ਇੱਧਰ ਅੱਛਾ ਤੇਰਾ ਕਿਹੜਾ ਤੈਨੂੰ ਕਿਹੜਾ ਵਧੀਆ ਲੱਗਦਾ ਇਹਨਾਂ ਦੋਹਾਂ ਚੋਂ ਟਰੈਕਟਰ ਇੱਕ ਦੱਸ ਮੈਨੂੰ ਕਿਹੜਾ ਤੈਨੂੰ ਸਭ ਤੋਂ ਵੱਧ ਦੋ ਹੀ ਵਧੀਆ ਲਾ ਦੇਣਾ ਹੈ ਇੱਕ ਦੱਸ ਯਾਰ ਪਤੰਦਰਾ ਦੋ ਤੇਰੇ ਨਾ ਦੇ ਆਹ ਮੁੰਡੇ ਦਾ ਨਾਂ ਆ ਬਾਈ ਕੀ ਲਿਖਾਇਆ ਹੋਇਆ ਤੇਰਾ ਨਾਂ ਕੀ ਆ ਓਏ ਰਵਨੀਤ ਹੈ ਚੋਬਰ ਹੈ ਚੋਬਰ ਹੈ ਚੋ ਤਾਂ ਕਿਵੇਂ ਆਊ ਰਵਨੀਤ ਆ ਤੇਰੇ ਨਾਂ ਓਏ ਓਏ ਇੰਗਲਿਸ਼ ਚ ਆ ਪੰਜਾਬੀ ਚ ਪਤੰਦਰਾ ਚਲੋ ਮਿੱਤਰੋ ਫਿਰ ਅੱਜ ਦਾ ਵਲੋਗ ਇੱਥੇ ਤੱਕ ਆ ਬਾਏ ਬਾਏ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੋਗ ਕਿੰਨਾ ਘੈਂਟ ਲੱਗਿਆ ਕਿਵੇਂ ਦਾ ਵੀ ਲੱਗਿਆ ਦੱਸਿਓ ਜ਼ਰੂਰ ਠੀਕ ਆ ਓਕੇ ਬਾਏ ਮਿੱਤਰੋ ਫਿਰ